ਸਿਕੰਦਰ ਸਿਆਂ, ਓਏ ਅੱਜ ਤੋਂ ਪਹਿਲਾਂ ਤਾਂ ਤੈਨੂੰ ਕਦੇ ਮੂੰਹ ਧੋਣ ਦਾ ਚੇਤਾ ਨਹੀਂ ਆਇਆ, ਅੱਜ ਆਪਣੀ ਐਡੀਆਂ ਰਗੜੀ ਜਾਂਦਾ। ਸਿਕੰਦਰ ਛੋਟੇ ਵੀਰ ਕੀ ਕਰੀ ਜਾਂਦਾ? ਉਹ ਕੁਝ ਨਹੀਂ ਭਾਜੀ, ਅੱਜ ਸਵੇਰੇ ਨਾ ਪੈਰਾਂ ਵੱਲ ਧਿਆਨ ਪਿਆ, ਬੜੇ ਗੰਦੇ ਹੋਏ ਪਏ ਸੀ, ਅੱਡੀਆਂ ਵੀ ਬੜੀਆਂ ਗੰਦੀਆਂ ਹੋਈਆਂ ਪਈਆਂ ਸੀ, ਵਿਹਲਾ ਬੈਠਾ ਸੀ, ਮੈਂ ਕਿਹਾ ਸਾਫ਼ ਹੀ ਕਰ ਲਈਏ। ਬੇਟੀ ਤਾਂ ਨਹੀਂ ਹੋਈ ਇਹਨੇ, ਸਫਾਈ ਦੀਆਂ ਗੱਲਾਂ ਕਰੀ ਜਾਂਦਾ ਹੈ। ਠੀਕ ਹੈ ਭਾਜੀ। ਨਹੀਂ ਕੁਝ ਨਹੀਂ, ਮੈਂ ਕਿਹਾ ਅੱਜ ਪੈਗ ਪੁੱਗ ਨਹੀਂ ਲਾਣਾ ਤੂੰ? ਉਹ ਪੈਗ ਪੁੱਗ ਨੂੰ ਛੱਡੋ ਭਾਜੀ, ਜੇ ਸਾਡੇ ਦੋਨਾਂ ਚ ਗੱਲ ਰਵੇ ਤੇ ਗੱਲ ਦੱਸਾਂ। ਦੱਸ। ਰਾਤ ਦੀਆਂ 3 ਬੋਤਲਾਂ ਮਿੱਟੀ ਕਰ ਦਿੱਤੀਆਂ ਜੇ, ਆ ਠੇਕੇਦਾਰ ਪਤਾ ਨਹੀਂ ਬੋਤਲਾਂ ਦੇ ਵਿੱਚ ਕਿਹੜਾ ਰੰਗ ਪਾ ਕੇ ਵੇਚੀ ਜਾਂਦੇ ਆ, ਚੜ੍ਹਦੀ ਨਹੀਂ ਪਈ। ਪਹਿਲਾਂ ਵੀ ਤਾਂ ਉਸੇ ਠੇਕੇ ਤੋਂ ਲੈਂਦਾ ਸੀ ਨਾ, ਹੁਣ ਕਿਹੜਾ ਠੇਕੇਦਾਰ ਬਦਲ ਗਿਆ ਜਿਹੜੇ ਤੈਨੂੰ ਦਾਰੂ ਨੂੰ ਚੜ੍ਹਦੀ? ਉਹ ਤਾਂ ਨਹੀਂ ਜੇ ਪਤਾ ਭਾਜੀ, ਪਰ ਪਤਾ ਨਹੀਂ ਕੱਲ ਦਾ ਕੀ ਹੋਇਆ ਜੇ, ਠੇਕੇਦਾਰ ਵੀ ਉਹੀ ਆ, ਠੇਕਾ ਵੀ ਉਹੀ ਆ ਜਿੱਥੋਂ ਪਿਛਲੇ ਮੈਂ ਕਈ ਸਾਲਾਂ ਤੋਂ ਦਾਰੂ ਲੈ ਰਿਹਾ। ਪਰ ਕੱਲ ਦਾ ਪਤਾ ਨਹੀਂ ਕੀ ਹੋ ਗਿਆ, ਹੋਈ ਕੀ ਜਾਂਦਾ, ਮੈਨੂੰ ਲੂਣ ਮਿੱਠੇ ਦਾ ਸਵਾਦ ਨਹੀਂ ਆਉਂਦਾ, ਇਹਨੂੰ ਦਾਰੂ ਨਹੀਂ ਚੜ੍ਹਦੀ ਪਈ। ਕੁਛ ਕਿਹਾ ਭਾਜੀ? ਨਹੀਂ, ਮੈਂ ਕਿਹਾ ਅੱਡੀਆਂ ਰਹਿ ਗਈਆਂ ਥੋੜੀ ਜਿਹੀਆਂ। ਜਿਗਰੀ ਆ ਭਾਈ ਰੌਣਕ ਆਪਣਾ। ਓ ਨਹੀਂ ਭਰਾ, ਨਹੀਂ ਨਹੀਂ, ਰਹਿਣ ਦਿਓ ਤੁਸੀਂ, ਉਹ ਨਹੀਂ ਰੱਖੋ ਯਾਰ ਭਾਈ ਚੰਗਾ ਥੋੜਾ। ਓ ਯਾਰ ਤੁਸੀਂ ਰੌਣਕ ਦਾ ਨਾਮ ਲੈਤਾ ਨਾ, ਤੁਹਾਡਾ ਕੰਮ ਹੋ ਗਿਆ ਸਮਝੋ। ਭਾਈ ਫਿਰ ਵੀ ਏਦਾਂ ਚੰਗਾ ਨਹੀਂ ਲੱਗਦਾ, ਅਕਸਰ ਨੂੰ ਆਪਾਂ ਹੋਰ ਵੀ ਕੰਮ ਕਰਾਉਣਾ ਤੁਹਾਡੇ ਕੋਲ। ਆ ਲਓ ਫੜ। ਬਾਈ ਫਿਰ ਤਾਂ ਮੈਂ ਤੁਹਾਡੇ ਕਾਲਜ ਦਾ ਪ੍ਰੋਗਰਾਮ ਹੀ ਨਹੀਂ ਸੀ ਫੜਨਾ, ਸੱਚ ਦੱਸਾਂ ਮੈਂ ਅੱਜ ਵੀ ਕੋਈ ਨਾ ਕੋਈ ਗਲਤੀ ਲੱਗਿਆ ਸੀ ਕਰਨ ਉੱਥੇ, ਤੁਹਾਡਾ ਪ੍ਰੋਫੈਸਰ ਨਹੀਂ ਚੱਡਾ ਯਾਰ, ਘੱਟੋ ਘੱਟ ਉਹਦੀਆਂ ਬਗਾਰਾਂ ਤੋਂ ਉਹਦਾ ਛੁਟਕਾਰਾ ਹੋਊ ਮੇਰਾ। ਹੈਂ, ਖਰਾਬੀ ਕਰਨੀ ਸੀ ਉਹ ਵੀ ਅੱਜ ਕੋਈ। ਚਲੋ ਭਾਜੀ ਕੋਈ ਗੱਲ ਨਹੀਂ, ਭਾਵੇਂ ਤੁਸੀਂ ਉੱਦਾਂ ਵੀ ਖਰਾਬੀ ਕਰਨੀ ਹੋਵੇ, ਆਪ ਸਾਡੇ ਵੱਲੋਂ ਸ਼ਗਨ ਸਮਝ ਕੇ ਰੱਖ ਲਓ। ਯਾਰ ਸ਼ਗਨ ਨੂੰ ਮੈਂ ਤੁਹਾਡੇ ਘਰਾਂ ਦੀਆਂ ਛੱਤਾਂ ਦੇ ਸਾਊਂਡ ਲਾਉਣਾ? ਹੈ ਲੈ ਭਾਜੀ, ਜਵਾਨ ਜਹਾਨ ਮੁੰਡਿਆਂ ਤੋਂ ਲੋਕ ਉਹ ਵੀ ਵਿਆਹ ਵਾਲੀਆਂ ਕਲੋਲਾਂ ਮਾਰਦੇ ਆ, ਵੀ ਤੁਸੀਂ ਹਾਲੇ ਤਾਂ ਘਰ ਦੀਆਂ ਛੱਤਾਂ 'ਤੇ ਬੈਠੇ ਹੋ। ਵੈਸੇ ਵਿਆਹ ਦੀ ਸਾਈਆਂ ਵੀ ਲਾਈ ਦੀਆਂ ਆਪਾਂ, ਤੁਹਾਡੇ ਵਰਗੇ ਮੁੰਡਿਆਂ ਨੇ ਤਾਂ ਡੀਜੇ ਡੂਜੇ 'ਤੇ ਨੱਚਣਾ ਹੀ ਹੁੰਦਾ, ਰਿਸ਼ਤੇ ਰੁਸ਼ਤੇ ਤਾਂ ਘੱਟ ਹੀ ਆਉਂਦੇ ਆ ਇਹ ਜਿਹੀਆਂ ਸ਼ਗਲਾਂ ਨੂੰ। ਕੋਈ ਗੱਲ ਨਹੀਂ ਭਾਜੀ, ਜਿੱਦਾਂ ਤੁਸੀਂ ਕਹੋ ਆਪਾਂ ਮੰਨ ਲੈਂਦੇ ਹਾਂ, ਜੇ ਵਿਆਹ ਦਾ ਕੋਈ ਰਿਸ਼ਤਾ ਹੈ ਨਾ ਤਾਂ ਆਪਾਂ ਸਹੀ ਤੁਹਾਨੂੰ ਦੇਵਾਂਗੇ, ਤੁਸੀਂ ਇੱਦਾਂ ਕਰੋ ਪੈਸੇ ਫੜੋ ਅਤੇ ਸਾਡਾ ਅੱਜ ਦਾ ਕੰਮ ਕਰ ਦਿਓ। ਉਹ ਕੋਈ ਨਾ ਭਰਾ, ਤੁਹਾਡਾ ਕੰਮ ਹੋ ਗਿਆ ਸਮਝੋ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਚਲ ਠੀਕ ਹੈ।